ਅਸਲਾਮ ਅਲੈਕੁਮ ਦੋਸਤੋ, ਤੁਸੀਂ ਵੇਖਦੇ ਪਏ ਹੋ ਆਪਣਾ ਦੇਸ਼ ਪੰਜਾਬ ਟੀਵੀ ਤੇ ਮੈਂ ਤੁਹਾਡਾ ਮੇਜ਼ਬਾਨ ਮੁਹੰਮਦ ਨਦੀਮ ਖਰਲ। ਸਭ ਤੋਂ ਪਹਿਲੇ ਆਪਣੇ ਚੈਨਲ ਨੂੰ ਕਰੋ ਸਬਸਕ੍ਰਾਈਬ ਤੇ ਬੈਲ ਆਈਕਨ ਦਾ ਬਟਨ ਦਬਾਓ ਕਿ ਮੇਰੀ ਹਰ ਆਉਣ ਵਾਲੀ ਨਵੀਂ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ। ਦੋਸਤੋ, ਰੋਜ਼ ਤੁਹਾਡੇ ਵਾਸਤੇ ਤੁਹਾਡਾ ਵੀਰ ਜਿਹੜੀ ਨਵੀਂ ਵੀਡੀਓ ਲੈ ਕੇ ਆਉਂਦਾ ਉਹਦੀ ਹੀ ਇੱਕ ਨਵੀਂ ਜਿਹੜਾ ਹੈ ਇੱਕ ਮਿਹਰਬਾਨੀ ਕੀਤੀ ਮੇਰੇ ਇੱਕ ਦੋਸਤ ਨੇ, ਜਨਾਬ ਰਾਏ ਇਮਰਾਨ ਸਾਹਿਬ ਨੇ। ਜਨਾਬ ਇਹਨਾਂ ਕੋਲੋਂ ਦੋ ਮੱਝਾਂ ਖਰੀਦੀਆਂ ਨੇ, ਮੇਰੇ ਇੱਕ ਬੜੇ ਪਿਆਰੇ ਦੋਸਤ ਨੇ, ਮੇਰੇ ਸਬਸਕ੍ਰਾਈਬਰ ਨੇ, ਮੇਰੇ ਬੜੇ ਪੁਰਾਣੇ ਵਾਚਰ ਨੇ ਜਿਹੜੇ ਮੇਰੀ ਵੀਡੀਓ ਨੂੰ ਵਾਚ ਕਰਦੇ ਨੇ, ਦੇਖਦੇ ਨੇ, ਉਹਨਾਂ ਦੀ ਜ਼ਬਾਨੀ ਸਾਰੀਆਂ ਗੱਲਾਂ ਸੁਣਨੀਆਂ ਨੇ। ਸੌਦਾ ਕਿਵੇਂ ਹੋਇਆ, ਉਸ ਸੁਬਹ ਦੇ ਬੈਠੇ ਹਾਂ, ਕਿੰਨੇ ਵਜੇ ਦੇ ਬੈਠੇ ਹਾਂ, ਇਸ ਬੰਦੇ ਨੇ ਕਿੰਨੀ ਜ਼ਿੱਦ ਕੀਤੀ, ਅਸੀਂ ਇਹਦੇ ਨਾਲ ਕਿੰਨੀਆਂ ਜ਼ਿੱਦ ਕੀਤੀਆਂ, ਉਸ ਸੁਬਹ ਜਾ ਕੇ ਸੌਦਾ ਹੋਣ, ਰਾਤ 8:30 ਵਜੇ ਸਾਰਾ ਅੰਜਾਮ ਪਾਇਆ। ਤੇ ਸਰ ਬਾਈ ਆਪਣਾ ਤਾਰਾ ਖੁਦ ਕਰਵਾਉਣ ਕਿਹੜੀ ਜਗ੍ਹਾ ਤੋਂ ਆਏ ਨੇ, ਉਹ ਕਿਸ ਤਰ੍ਹਾਂ ਹਿਸਾਬ ਕਿਤਾਬ ਹੈ ਸਾਰਾ ਕੈਮਰੇ ਨਾਲ, ਤੁਸੀਂ ਦੱਸਣਾ, ਖੁਦ ਦੱਸਣਾ। ਥੋੜਾ ਉੱਚਾ ਬੋਲੋ। ਮੇਰਾ ਨਾਮ ਅਬਦ ਹੈ ਜੀ, ਮੈਂ ਆਇਆ ਹਰਬੰਸਪੁਰੇ ਤੋਂ ਤੇ ਨਦੀਮ ਸਾਹਿਬ ਦੀ ਵੇਖਦੇ ਸਾਂ ਵੀਡੀਓ ਤੇ ਉਹਦੇ ਤਹਿਤ ਅਸੀਂ ਇੱਥੇ ਪਹੁੰਚੇ ਹਾਂ ਇਹ ਭਾਈ ਹੋਰਾਂ ਕੋਲ। ਇਹਨਾਂ ਨੇ ਸਾਡੇ 3 ਘੰਟੇ ਲਾਏ ਨੇ ਤੇ ਫਿਰ ਜਾ ਕੇ ਇੱਥੋਂ ਤੱਕ ਅਸੀਂ ਪਹੁੰਚੇ ਹਾਂ ਕਿ ਫਿਰ ਸਾਡਾ ਸੌਦਾ ਕਾਮਯਾਬ ਹੋ ਗਿਆ, ਔਰ ਉਹ ਇਹਨਾਂ ਦੀ ਮਿਹਰਬਾਨੀ ਦੇ ਨਾਲ। ਤੇ ਸਾਹਮਣੇ ਬਾਰਗੇਨਿੰਗ ਹੋਈ ਸਾਰੀ? ਹਾਂਜੀ ਬਿਲਕੁਲ, ਸਾਹਮਣੇ ਬਾਰਗੇਨਿੰਗ ਸਾਰੀ, ਕੋਈ ਮਤਲਬ ਸ਼ਫਾਫੀਅਤ ਹੈ? ਬਿਲਕੁਲ ਜੀ, ਹਰ ਚੀਜ਼ ਲੜਿਆ ਝਗੜਿਆ ਮਿੰਤਾਂ ਕੀਤੀਆਂ ਨੇ, ਬਹੁਤ ਸਾਡੀ ਫੇਵਰ ਕੀਤੀ ਹੈ, ਸਾਡੀ ਫੇਵਰ ਜ਼ਿਆਦਾ ਕੀਤੀ ਹੈ, ਕੋਈ ਸ਼ੱਕ ਨਹੀਂ ਹੈਗਾ। ਤੇ ਉਮੀਦ ਆ ਜੀ ਕਿ ਇਹ ਭਾਈ ਸਾਹਿਬ ਦੇ ਨਾਮ ਕੀ ਦੱਸਿਆ? ਆਬਿਦ ਅਲੀ। ਆਬਿਦ ਅਲੀ ਭਾਈ ਹਰਬੰਸਪੁਰਾ ਲਾਹੌਰ ਤੋਂ ਜਨਾਬ ਆਏ ਨੇ ਮੇਰੇ ਵੀਰ ਨੇ, ਬੜੀ ਮਿਹਰਬਾਨੀ ਇਹਨਾਂ ਦੀ। ਤੇ ਤੁਸੀਂ ਵੇਖਦੇ ਪਏ ਪਸੀਨਾ ਦੀ ਬੁਰੀ ਹਾਲਤ, ਇਹ ਸਿਰਫ ਇਹਦੇ ਨਾਲ ਜਗੜ ਜਗੜ ਕੇ ਸੁਣਾਈ ਜਨਾਬ, ਤੁਹਾਡੇ ਨਾਲ ਵੀ ਇਵੇਂ ਗੱਲਾਂ ਹੋਈਆਂ ਨੇ? ਐਂ ਤਾਂ ਜੀ ਇਹਨਾਂ ਦਾ ਬੜਾ ਪਿਆਰ ਕੀਤਾ ਇਹਨਾਂ ਦਾ ਸਾਨੂੰ, ਲੋਕਾਂ ਦੇ ਲਾਈਟ ਦੇ ਵਿੱਚ ਯਾਦ ਕੀਤਾ, ਕਿਵੇਂ ਇਹਨਾਂ ਨੇ ਆਖਿਆ ਉਵੇਂ ਇਹਨਾਂ ਦੀ ਮੰਨ ਗਿਆ, ਜਿਵੇਂ ਇਹਨਾਂ ਨੇ ਆਖਿਆ ਉਵੇਂ ਜੇ ਮੰਨਿਆ ਤਾਂ ਪਸੀਨੇ ਸਾਡੇ ਸ਼ੋਲਡਰ ਦੱਸੇ ਪੈਣ ਕੇ ਅਸੀਂ ਇਹਨਾਂ ਕਿੰਨਾ ਕੀਤਾ। ਗਰਮੀ ਜੀ ਪੈਂਦੀ ਪਈ ਹੈ ਜਨਾਬ, ਦੋ ਮੱਝਾਂ ਨੇ ਜਿਹੜੀਆਂ ਮੈਂ ਵਿਖਾਵਾਂ, ਤੇ ਇਹ ਇੱਕ ਮੱਝ, ਇੱਕ ਹੈ ਕਾਲੀ ਮੱਝ, ਅੱਖਾਂ ਕਾਲੀਆਂ, ਸਿਰ ਖੁੰਡਾ ਔਰ ਪੂਰੀ ਜਿਸਾਮਤ ਨੀਲੀ ਦੀ ਮੱਝ ਹੈ, ਤੁਸੀਂ ਦੇਖਦੇ ਪਿਓ ਸਾਰੀ ਸ਼ਾਹ ਕਾਲੀ ਆ। ਇਹ ਮੇਰੀ ਵੀਡੀਓ ਚ ਨਹੀਂ ਚੜੀਆਂ ਹੋਈਆਂ ਸਨ, ਇਹ ਅੱਜ ਮੈਂ ਚੜਾਣੀ ਸੀ ਤੇ ਉਸ ਤੋਂ ਪਹਿਲੇ ਮਾਮਲਾ ਸਾਰੇ ਨਿਬੜ ਗਏ। ਇੱਕ ਇਹ ਚੋਟੀ ਆ ਜੀ, ਇੱਕ ਇਹ ਪਹਿਲੀ ਚੋਟੀ, ਇਹ ਜਨਾਬ ਇਹ ਮੇਰਾ ਕੈਮਰਾਮੈਨ ਤੁਹਾਨੂੰ ਦਿਖਾ ਰਿਹਾ ਹੈ, ਇਹ ਸਾਰਾ ਕੁਝ ਬਿੱਲੀ ਆ ਜੀ, ਬੜੀ ਖੂਬਸੂਰਤੀ ਨਾਲ ਔਰ ਬੜੀ ਨਫਾਸਤ ਦੇ ਨਾਲ ਇਹਦੀਆਂ ਅੱਖਾਂ ਬਿੱਲੀਆਂ ਵਿਖਾ ਰਿਹਾ, ਬਿੱਲੀਆਂ ਬਿੱਲੀਆਂ ਅੱਖਾਂ ਔਰ ਥਣ ਛੜਾ ਬੜਾ ਖੂਬਸੂਰਤ ਹੈ। ਇਹ ਪਹਿਲਾਂ ਆ ਜੀ, ਇਹ ਦੋ ਮੱਝਾਂ ਇਹਨਾਂ ਮੇਰੇ ਵੀਰ ਹੋਣਾ ਖਰੀਦਿਆ ਨੇ ਰਾਏ ਇਮਰਾਨ ਤੋਂ, ਅੱਲਾਹ ਤਾਲਾ ਇਹਨਾਂ ਨੂੰ ਕਾਮਯਾਬ ਕਰੇ, ਅੱਲਾਹ ਤਾਲਾ ਇਹਨਾਂ ਖੁਟਾਵੇ, ਇਹਨਾਂ ਦੀ ਰਜ਼ਕ ਆ ਜੀ ਤੇ ਬਰਕਤ ਪਾਵੇ, ਬਾਕੀ ਅੱਲਾਹ ਪਾਕ ਨੇ ਇਹਨਾਂ ਨੂੰ ਅੱਛਾ ਇੱਕ ਸੌਦਾ ਬਿਹਤਰੀਨ ਹੋਇਆ। ਉਮੀਦ ਹੈ ਕਿ ਤੁਹਾਨੂੰ ਮੇਰੀ ਵੀਡੀਓ ਆ ਉਹ ਜਨਾਬ ਬੇਹੱਦ ਪਸੰਦ ਆਵੇਗੀ। ਆਪਣਾ ਬਹੁਤ ਸਾਰਾ ਖਿਆਲ, ਬਸ ਆਬਦ ਭਾਈ ਨੂੰ ਇੱਕ ਹੀ ਰਿਕੁਐਸਟ ਹੈ ਕਿ ਇਹ ਵੀਡੀਓ ਸਾਰੇ ਦੋਸਤਾਂ ਨੂੰ ਸ਼ੇਅਰ ਕਰੇ, ਯੂਟਿਊਬ ਦਾ ਲਿੰਕ ਸ਼ੇਅਰ ਕਰਨਾ, ਡਾਊਨਲੋਡ ਕਰਕੇ ਨਹੀਂ ਕਰਨੀ। ਆਪਣਾ ਬਹੁਤ ਸਾਰਾ ਖਿਆਲ ਰੱਖਿਆ, ਮਿਲਾਂਗੇ ਨਵੀਂ ਵੀਡੀਓ ਨਾਲ, ਅੱਲਾ ਨਿਗਹਬਾਨ।